नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को। ਆਪਾਂ ਜਿਹੜਾ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜਾ ਇਹ ਕੈਂਡਲ ਕੱਢਿਆ ਹੋਇਆ ਸੁੱਭ ਕਰਨ ਦੇ ਜਿਹੜਾ ਯਾਰ ਨੂੰ ਸਮਰਪਿਤ, ਸਾਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿੰਨੇ ਵੀ ਵਲੰਟੀਅਰ ਸਾਡੇ ਨਾਲ ਵਾ। ਸੋ ਮੋਦੀ ਸਰਕਾਰ ਨੇ ਬਹੁਤ ਧੱਕਾ ਜਿਹੜਾ ਕਿਸਾਨਾਂ ਦੇ ਨਾਲ ਕੀਤਾ ਵਾ। ਤੁਸੀਂ ਦੇਖ ਰਹੇ ਜੇ ਕਿ ਕਿਵੇਂ ਸੰਘੂ ਬਾਰਡਰ ਦੇ, ਖਨੌਲੀ ਬਾਰਡਰ ਦੇ ਉੱਪਰ ਜਿਹੜੇ ਸਾਡੇ ਜੰਗ ਨੌਜਵਾਨ ਮੁੰਡੇ, ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਜਾ ਰਿਹਾ, ਖਤਰ ਕੀਤਾ ਜਾ ਰਿਹਾ। ਬਹੁਤ ਧੱਕਾ ਜਿਹੜਾ ਕਿਸਾਨਾਂ ਦੇ ਨਾਲ ਕੀਤਾ ਜਾ ਰਿਹਾ ਵਾ। ਆਪਾਂ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ, ਕਿਉਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਯੋਧੇ ਹੈ, ਇਹ ਕਿਸਾਨ ਵੀਰ ਜਿਹੜੇ ਯੋਧੇ ਆ ਨਾ, ਇਹ ਪਿੱਛੇ ਹਟਣ ਵਾਲੇ ਨਹੀਂ, ਅਤੇ ਜਿਹੜੀਆਂ ਮੰਗਾਂ ਨੇ ਇਹ ਮੰਗਾ ਕੇ ਪਿੱਛੇ ਮੁੜਨਗੇ। ਤੂੰ ਸਾਡੇ ਭਾਵੇਂ ਹਜ਼ਾਰਾਂ ਸੂਰਮੇ ਯੋਧੇ ਸ਼ਹੀਦ ਕਰ ਲਾ, ਪਰ ਅਸੀਂ ਤਿਆਰ ਵਾਂ, ਮੰਗਾਂ ਲੈ ਕੇ ਵਾਪਸ ਆਵਾਂਗੇ। ਧੰਨਵਾਦ ਜੀ।